ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹਾਂਜੀ ਗਾਇਜ਼ ਇੱਕ ਨੋਟੀਫਿਕੇਸ਼ਨ ਆਇਆ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਜਿੰਨੀਆਂ ਜਿਹੜੀਆਂ ਪੋਸਟ ਨਿਕਲੀਆਂ ਸੀ ਉਹਨਾਂ ਦੇ ਉੱਪਰ ਜਿਹੜੇ ਕੈਂਡੀਡੇਟਸ ਦੀ ਲਿਸਟ ਹੈ ਜਿਨ੍ਹਾਂ ਨੇ ਟਾਈਪਿੰਗ ਟੈਸਟ ਜਿਹੜਾ ਵੈ ਉਹ ਪਾਸ ਕਰ ਲਿਆ ਵੈ ਜਿੰਨੇ ਕੈਂਡੀਡੇਟਸ ਨੇ ਸਿਲੇਕਟਡ ਉਹਨਾਂ ਬਾਰੇ ਗੱਲ ਕਰਾਂਗੇ ਤੇ ਨਾਲ ਦੇ ਨਾਲ ਗੱਲ ਹੈ ਕਿ ਬਈ ਮੈਮ ਇਹਨਾਂ ਦੇ ਨਾਲ ਰੋਲ ਨੰਬਰ ਵੀ ਇਸ ਲਿਸਟ ਤੇ ਜਾਰੀ ਕੀਤੇ ਗਏ ਨੇ ਉੱਪਰੋਂ ਮੈਂ ਦੱਸ ਦਿੰਦੀ ਆ ਕਿ ਇੱਥੇ ਉਹਨੇ ਕਿਹਾ ਵੈ ਕਿ ਜਿਹੜਾ ਵੀ ਪੇਪਰ ਕਦੋਂ ਹੋਇਆ ਸੀ 27 ਤੇ 28 ਮਾਰਚ ਨੂੰ ਜਿਹੜਾ ਪੇਪਰ ਹੋਇਆ ਸੀ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦੇ ਵਿੱਚ ਸੈਕਟਰ 43 ਚੰਡੀਗੜ੍ਹ ਵਿੱਚ ਠੀਕ ਹੈ ਡਿਟੇਲਡ ਨੋਟਿਸ ਕੰਟੇਨਿੰਗ 올 ਦਾ ਇਨਸਟਰਕਸ਼ਨਸ ਕਿ ਭਈ ਇਹ ਜਿਹੜੇ ਸਿਲੈਕਟਿਡ ਕੈਂਡੀਡੇਟਸ ਦੇ ਰੋਲ ਨੰਬਰ ਨੇ ਇਸ ਲਿਸਟ 'ਚ ਤੁਸੀਂ ਦੇਖ ਸਕਦੇ ਹੋ ਬਹੁ ਛੇਤੀ ਜਿਹੜੀ ਹੈ ਉਹ ਜਿਹੜੀ ਗੱਲ ਕੀਤੀ ਹੈ ਕਿ ਕੰਟੇਨਿੰਗਸ 올 ਦਾ ਇਨਸਟਰਕਸ਼ਨਸ ਫॉर ਚੈਕਿੰਗ ਆਫ ਅ ਟੈਸਟੀਨੋਮਿਅਲਸ ਬੈਚ ਟਾਈਮ ਸਭ ਕੁਝ ਤੁਹਾਨੂੰ ਦੱਸ ਦੇਣਗੇ ਕਿ ਨਵੇਂ ਨੋਟੀਫ ਫਿਲਹਾਲ ਸਾਡੇ ਕੋਲ ਜੋ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਕੀ ਬਈ ਕਰ দেয়া ਗਿਆ ਇਹਨਾਂ ਦੇ ਰੋਲ ਨੰਬਰ ਜਿਹੜੇ ਸਿਲੈਕਟਿਡ ਕੈਂਡੀਡੇਟਸ ਨੇ ਉਹਨਾਂ ਦੇ ਬਈ ਰੋਲ ਨੰਬਰ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਕਿ ਅਗਰ ਤੁਹਾਡਾ ਵੀ ਇਹਨਾਂ ਵਿੱਚੋਂ ਕੋਈ ਰੋਲ ਨੰਬਰ ਜਿਹੜਾ ਹੈ ਤੁਸੀਂ ਵੀ ਸਿਲੈਕਟਿਡ ਹੋ ਗਏ ਹੋ ਤੇ ਬਹੁਤ ਬਾਰਕਾ ਨੈਕਸਟ ਨੋਟੀਫਿਕੇਸ਼ਨ ਆਏਗਾ ਜਿਹਦੇ ਵਿੱਚ ਉਹ ਤੁਹਾਨੂੰ ਦੱਸਣਗੇ ਕਿ ਬਈ ਕਿਹੜੇ ਜਿਹੜੇ ਇੰਪੋਰਟੈਂਟ ਡਾਕੂਮੈਂਟਸ ਕੈਰੀ ਕਰਨੇ ਆ ਤੇ ਕੋਲੋਂ ਤੁਹਾਡੀ ਜਿਹੜੀ ਹੈ ਸਿলেকਸ਼ਨ ਹੈ ਜਿਹੜਾ ਤੁਸੀਂ ਕੋਲੋਂ ਜੋਬ ਨੂੰ ਜੁਆਇਨ ਕਰ ਸਕਦੇ ਹੋ ਨਵੀਂ ਨੋਟੀਫਿਕੇਸ਼ਨ ਉਸ ਚੀਜ਼ ਨੂੰ ਟੈਂਸ਼ਨ ਕਰ ਸੈਸ਼ਨ ਨੂੰ ਕਰ ਦੇਣਾ ਸ਼ੇਅਰ so that ਜਿਹੜੇ ਸਿਲੈਕਟਡ ਕੈਂਡੀਡੇਟਸ ਨੇ ਜਿਹਨਾਂ ਬੇਫੋਰ ਦਿੱਤਾ ਸੀ ਇਹ ਕੰਪਿਊਟਰ ਟਾਈਪਿੰਗ ਟੈਸਟ ਦਾ ਉਹਨਾਂ ਦਾ ਕੇ ਗੱਲ ਪਹੁੰਚ ਜਾਵੇ ਲਾਈਕ ਕਰਨਾ ਨਾ ਭੁੱਲਿਓ ਸੈਸ਼ਨ ਨੂੰ ਐਂ ਨਵੀਂ ਨਵੀਂ ਅਪਡੇਟ ਦੇ ਲਈ ਕਰ ਲਿਓ ਸਬਸਕ੍ਰਾਈਬ ਚੈਨਲ ਐਂ ਬਨੇ ਰਿਓ ਨਿਹਾਲ ਕਬਾ ਥੈਂਕ ਯੂ so much